बीबिया ने अपने मेकअप तो मजबूर होते बह गई और इमरान खान टिकटॉक बनाई जा रहे। अगर इमरान खान ने टिकटॉक बंद ना की तुसी की करोगे? असि अपने आप नु बच्चे लेके ना सजाए लांगा, अपने आप नु फंडा लेके बह जांगे। कर्जा इतना उतर चला गया और इमरान खान टिकटॉक बनाई जा रहे है। जेडी अलफंडर औरतें ने वह चंगे घर नहीं होंदिया ने, जेडे अच्छे घर नहीं होंदिया औरतें वह गरीबनियां मांग दिया ने। बसा छड़ी जा रहे और इमरान खान वीडियो छड़ी जा रहे। बिल्कुल दोवें छड़े जा रहे, महंगाई उधर जा रहे, छड़ी जा रहे। हाँ जी, इमरान खान फिर दाढ़ी रख लवे। ਉਹ ਤਾਂ ਫਿਰ ਹੈ ਹੀ ਦਾੜੀ, ਉਹ ਹੈ ਉਹ ਅੰਗਰੇਜ਼ ਦਾ ਬੱਚਾ, ਫਿਰ ਅੰਗਰੇਜ਼ ਹੀ ਰਹੇਗਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਂਜੀ, ਕੀ ਹਾਲ ਚਾਲ ਹੈ? ਮੈਂ ਦੁਆਵਾਂ ਵੀਰ ਜੀ। ਅੱਛਾ, ਗੱਲ ਇਹ ਕਿ ਇਮਰਾਨ ਖਾਨ ਸਾਹਿਬ ਨੇ ਪੀਟੀਆਈ ਤੋਂ ਬਾਅਦ ਹੁਣ ਟਿਕਟੋਕ ਬਣਾ ਲਈ ਹੈ, ਕੀ ਕਹਿੰਦੇ ਹੋ ਇਹਦੇ ਤੇ? ਬਾਈ, ਨਾ ਇਮਰਾਨ ਖਾਨ ਕੇ ਵਜ਼ੀਰ ਆਜ਼ਮ ਕਾ ਪਤਾ ਲਗਾ, ਨਾ ਅਬ ਸੈਮ ਲੋਕ ਕਾ ਪਤਾ ਲਗਾ। ਮਕਸਦ ਹੈ ਕਿਆ ਨਾਮ ਲੈਤੇ ਇਸਕਾ? ਇਸਕਾ ਟਿਕਟੋਕ, ਟਿਕਟੋਕ ਦਾ ना इन्हों का पता लग गया सानू गल का, ठीक है ना। लोग महंगाइया करी आ रहे ने, जेड़े बैठे ने जेड़े वजीरे आए मने ने, लोगों के पेटा नू हाथ फेरे जा रहे ने। गुरबत ऐसी आ गई इंसानों के विच, लोग मर रहे ने भुखे। आटा जेड़ा है, आटा की महंगाई है ना जेड़ी, वो दुकाना नहीं लभ रहा, जाके स्टोर मिल रहा आटा। आवाम भुखी मारती, पर इमरान खान ने टिकटॉक बना ली थी। हाँ जी, वो टिकटॉक बनाई है, वो ना सही बनाया फिर टिकटॉक, उन्हें गलत नहीं बनाई फिर, क्यों महंगाई जी उदों ले जा रहा। आटा जेड़ा जाके लैणा दे विच आटा मिल रहा है, आटा लैणा जो बंद है, और इमरान खान ने टिकटॉक बना ली थी। बेहतर पता जी, जो असं अपनी तरफ दस रहे हैं गल्लां, जिहड़ी अपने दिल दीआं गल्लां ने ओह दस रहे हैं असीं। तुहाड़ी दिल दी गल्लां आवाम तक जा रही, और इमरान खान ने टिकटॉक बना लिता है। ओह तो सही कीता होएगा फिर, उन्हें गलत नहीं कीता फिर, ओह सही कर रहा फिर। हैं जिहड़े बैठे ने जिहड़े वजीरे अज फिर गलत ने। पेट्रोल महंगा होंदा जा रहा और इमरान खान टिकटॉक बनाई जा रहे जी, फिर महंगाई तो फिर हो ही जा रही है फिर। गुरबत साढ़े गल्लां च सारी अंदर बंद है, और इमरान खान टिकटॉक बनाई जा रहे। माड़े जी जिहड़े ओह मार रहे ने भुखे, फिर कोई लड़ाइयां कर रहे भुखे, इमरान खान टिकटॉक बनाई जा रहा है। ਉਹ ਬਹੁਤ ਚੰਗਾ ਕਰ ਰਿਹਾ ਕੰਮ ਨੂੰ। ਇਹ ਜਿਹੜਾ ਜਿਹੜਾ ਵਜ਼ੀਰੇ ਆਜ਼ਮ ਆ ਰਿਹਾ ਹੈ ਉਹ ਵੇਖ ਹੀ ਨਹੀਂ ਰਿਹਾ, ਉਹ ਮਹਿੰਗਾਈ ਦੇ ਉੱਤੇ ਜਾ ਰਹੀ, ਥੱਲੇ ਨਹੀਂ ਆ ਰਹੀ, ਉਹਦਾ ਨੂੰ ਜਾ ਰਹੀ। ਤੇਰੇ ਮੇਰੇ ਵਰਗਾ ਮਾੜਾ ਜੀ ਜਿਹੜਾ ਰੋਟੀ ਲੈ ਕੇ ਨਹੀਂ ਖਾ ਸਕਦਾ। ਗੁਰਬਤ ਇੰਨੀ ਹੋ ਗਈ ਇਨਸਾਨ, ਔਰਤਾਂ ਜਿਹੜੀਆਂ ਨੇ ਮੰਗ ਨੂੰ ਟੋਰ ਪਈਆਂ ਨੇ, ਔਰਤਾਂ ਮੰਗੀ ਜਾ ਰਹੀ, ਔਰ ਇਮਰਾਨ ਖਾਨ ਟਿਕਟੋਕਾ ਬਣਾ ਰਿਹਾ ਤੇ ਬਣਾਣੇ ਹੀ ਨੇ ਫਿਰ। ਜੇ ਤਾਂ ਡਾਕ ਹੀ ਨਹੀਂ ਰਿਹਾ ਕੁਛ, ਕੋਈ ਵੀ ਨਹੀਂ ਡਾਕ ਰਿਹਾ, ਕੋਈ ਹੈ ਹੀ ਨਹੀਂ, ਕੋਈ ਨਹੀਂ, ਉਹ ਟਿਕਟੋਕਾ ਬਣਾਈ ਜਾ ਰਹੀ। ਮੁਸਲਮਾਨ ਦਾ ਪੁੱਤਰ ਹੈ ਹੀ ਨਹੀਂ, ਜੋ ਹਦੀਸ ਦੇ ਵਿੱਚ ਮੁਸਲਮਾਨ ਦੇ ਤਰੀਕੇਦਾਰ ਹੈ ਨਾ ਜਿਹੜੇ ਦਾੜੀ ਵਾਲੇ ਮਕਸਦ ਸੁੰਦਰ ਸੂਲ ਹੈ ਨਾ ਜਿਹੜੇ, ਉਹ ਅੱਛਾ ਕੰਮ ਕਰ ਰਹੇ, ਉਹ ਗਲਤ ਨਹੀਂ ਕਰ ਰਹੇ, ਉਹ ਅੱਛਾ ਕਰ ਰਹੇ ਨੇ। ਠੀਕ ਹੈ, ਠੀਕ ਹੈ ਨਾ। ਇਮਰਾਨ ਖਾਨ ਫਿਰ ਦਾੜੀ ਰੱਖ ਲਵੇ। ਉਹ ਤਾਂ ਫਿਰ ਹੈ ਹੀ ਦਾੜੀ, ਉਹ ਹੈ ਉਹ ਅੰਗਰੇਜ਼ ਦਾ ਬੱਚਾ, ਫਿਰ ਅੰਗਰੇਜ਼ ਹੀ ਰਹੇਗਾ ਉਹ। ਅੱਛਾ, ਦਾੜੀ ਰੱਖਦੇ ਵੀ ਅੰਗਰੇਜ਼ ਰਹਿੰਦਾ? ਹਾਂਜੀ, ਫਿਰ ਉਹ ਅੰਗਰੇਜ਼ ਹੀ ਰਹੇਗਾ ਹੁਣ ਪੂਰ ਘਰ। ਜਿਹੜੀ ਬੀਬੀਆਂ ਨੇ ਉਹ ਮਤਲਬ ਕਿ ਆਪਣੇ ਮੇਕਅਪ ਤੋਂ ਮਜਬੂਰ ਹੋ ਤੇ ਬਹਿ ਗਈਆਂ, ਔਰ ਇਮਰਾਨ ਖਾਨ ਟਿਕਟੋਕਾ ਬਣਾਈ ਜਾ ਰਹੇ। ਨਹੀਂ ਨਹੀਂ, ਮੇਕਅਪ ਤੋਂ ਨਹੀਂ, ਮਜਬੂਰ ਹੋ ਕੇ ਬੈਠੀਆਂ ਜਿਹੜੀਆਂ ਔਰਤਾਂ ਬੈਠੀਆਂ ਨਾ ਜਿਹੜੀਆਂ, ਮਕਸਦ ਉਹ ਮੰਗ ਰਹੀਆਂ ਸਭ ਮੰਗ ਕੇ ਰੋਟੀ ਬੱਚਿਆਂ ਦਾ ਪੇਟ ਪਾਲਣੀਆਂ ਨੇ। ਜਿਹੜੀਆਂ ਅਲਫੰਡਰ ਔਰਤਾਂ ਨੇ ਉਹ ਚੰਗੇ ਘਰਾਂ ਦੀਆਂ ਹੁੰਦੀਆਂ ਨੇ, ਜਿਹੜੇ ਅੱਛੇ ਘਰਾਂ ਦੀਆਂ ਹੁੰਦੀਆਂ ਔਰਤਾਂ ਉਹ ਗਰੀਬਣੀਆਂ ਮੰਗਦੀਆਂ ਨੇ, ਉਹ ਨਕਾਬ ਲਾ ਕੇ ਹੱਥ ਕਰਕੇ ਤਲੀ ਕਰਕੇ ਬੈਠੀਆਂ ਹੁੰਦੀਆਂ ਰੋਡਾਂ ਦੇ ਉੱਤੇ। ਅਸੀਂ ਆਪ ਖੁਦ ਵੇਖਦੇ ਰਹਿੰਦੇ, ਅਸੀਂ ਵੀ ਦਿਹਾੜੀਦਾਰ ਮੰਨਦੇ ਹਾਂ, ਸਾਰੀ ਦਿਹਾੜੀ ਅਸੀਂ ਦਿਹਾੜੀ ਲਾ ਕੇ ਆਈ ਤੇ ਰੋਟੀ ਸਾਨੂੰ ਗਰੀਬ ਦੀ ਦਿਹਾੜੀ ਨਹੀਂ ਲੱਗਦੀ। ਪਰ ਇਮਰਾਨ ਖਾਨ ਕਾਰ ਤੋੜੀ ਜਾ ਰਿਹਾ ਟਿਕਟੋਕ, ਟਿਕਟੋਕ ਸਹੀ ਕਰ ਰਿਹਾ, ਇੱਕ ਚੀਜ਼ ਨੂੰ ਵੇਖੀ ਨਾ ਉਹ ਸਹੀ ਕਰ ਰਿਹਾ, ਇੰਝ ਵੇਖ ਰਿਹਾ ਮੈਂ ਮਹਿੰਗਾਈ ਜਿਹੜਾ ਆਟਾ ਹੈਗਾ ਸਾਨੂੰ ਉਹ ਨਹੀਂ ਲਾਭ ਰਿਹਾ, ਅਸਲ ਜਿਹੜੀ ਖਾਣੀ ਸਹੂਲਤ ਸਾਨੂੰ ਉਹ ਨਹੀਂ ਮਿਲ ਰਹੀ। ਉਹ ਜਿਹੜੀ ਸਹੂਲਤ ਅਕਸਰ ਵੇਖੀ ਹੈ ਨਾ ਰੋਟੀ ਦੀ ਆਟੇ ਦੀ ਹੁੰਦੀ, ਇਹ ਨਹੀਂ ਟੁੱਟ ਰਹੀ ਰੋਟੀ ਜਿਹੜੀ, 15 ਰੁਪਏ ਦੀ ਰੋਟੀ ਤਾਂ ਹੋਈ ਖਲੋਤੀ, 20-30 ਰੁਪਏ ਦਾ ਨਾਨ ਹੋਈ ਖਲੋਤਾ ਹੈ। ਅਸਲ ਖਾਤੇ ਹਰ ਬੰਦੇ ਇਨਸਾਨ ਦੇ ਪੇਟ 'ਤੇ ਲੱਗਾ, ਇਨਸਾਨ ਦਾ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ, ਰੋਟੀ ਜਿਹੜੀ ਹੈ ਨਾ ਅਕਸਰ ਸਸਤੀ ਹੋਣੀ ਚਾਹੀਦੀ ਹੈ। ਰੋਟੀ 20 ਰੁਪਏ ਦੀ ਹੋ ਗਈ, ਇਮਰਾਨ ਖਾਨ ਟਿਕਟੋਕਾ ਬਣਾਈ ਜਾ ਰਿਹਾ। ਸੁਣ ਰਹੇ ਨਾ ਗੱਲਾਂ ਮੇਰੀਆਂ, ਮੈਂ ਗੱਲ ਸਾਰਿਆਂ ਭਰਾਵਾਂ ਦੇ
ਬਟੇਰੇ ਬੰਦੇ ਵਿੱਚ ਗੱਲਾਂ ਕਰ ਰਹੇ ਹਾਂ ਤੇ ਪੇਟ ਦੀ ਖਾਤ ਜਿਹੜਾ ਨਾ ਆਟਾ ਜਿਹੜਾ ਮਕਸਦ ਸਸਤਾ ਹੋਣਾ ਚਾਹੀਦਾ, ਰੋਟੀ ਸਸਤੀ ਹੋਣੀ ਚਾਹੀਦੀ ਹੈ, ਮਹਿੰਗਾਈ ਨਾ ਬਿਲਕੁਲ ਆਲੂ ਵਾਲ ਟੁੱਟਣੀ ਚਾਹੀਦੀ ਹੈਗੀ। ਆਲੂ ਵਾਲਾ ਨਾਨ ਪਜਾਮਾ ਹੋ ਗਿਆ ਔਰ ਇਮਰਾਨ ਖਾਨ ਟਿਕਟੋਕ ਬਣਾਈ ਗਿਆ। ਹਾਂਜੀ ਉਹ ਤਾਂ ਬਣਾ ਰਿਹਾ ਜੀ, ਫਿਰ ਉਹ ਤਾਂ ਸਹੀ ਕਰ ਰਿਹਾ, ਫਿਰ ਇੱਕ ਗੱਲ ਨੂੰ ਵੇਖੀ ਮਹਿੰਗਾਈ ਫਿਰ ਵੀ ਨਹੀਂ ਟੁੱਟ ਰਹੀ, ਮਹਿੰਗਾਈ ਫਿਰ ਉਹ ਤੁਹਾਨੂੰ ਚੁੱਕੀ ਜੀ ਕੀਤੀ ਜਾਵੇ ਮਹਿੰਗਾਈ ਨਹੀਂ ਟੁੱਟਣੀ। ਹਾਂਜੀ ਇਹ ਕਿਆ ਗੱਲ ਵੱਡੇ ਇੱਥੇ ਰਸ਼ਕੇ ਵਾਲਿਆਂ ਨੂੰ ਜਿਹੜੇ ਉਹ ਗਰੀਬਾਂ ਨੂੰ ਤੰਗ ਕਰੀ ਖਲੋਤੇ ਸਾਹ ਜੱਟ ਚਲਾਨ ਦਾ 1000 ਰੁਪਇਆ 2000 ਰੁਪਇਆ ਸਾਹ ਜੱਟ ਚਲਾਨ ਕੱਟੀ ਖਲੋਤੇ ਨੇ ਮਾਡਰਨ ਚਲਾਨ ਕੱਟੀ ਜਾ ਰਹੇ ਨੇ ਇਮਰਾਨ ਖਾਨ ਟਿਕਟੋਕਾਂ ਬਣਾਈ ਜਾ। ਹਾਂਜੀ ਉਹ ਗੁਰਬਖਸ਼ ਨੂੰ ਮਾਰੀ ਜਾ ਰਹੇ ਨੇ ਤੇ ਵਜ਼ੀਰੇ ਆਜ਼ਮ ਜਿਹੜਾ ਹੈਗਾ ਆਪਣਾ ਅਸ਼ਵਾ ਸ਼ਰੀਫ ਇਹਨਾਂ ਨੇ ਬੱਸਾਂ ਛੱਡੀਆਂ ਨੇ, ਉਹਨਾਂ ਨੇ ਸਵਾਰੀਆਂ ਸਾਰੀਆਂ ਖਿੱਚੀਆਂ ਨੇ ਤੇ ਗਰੀਬ ਦੇ ਕੋਲ ਕੀ ਆਣਾ ਕੁਛ। ਅਸੀਂ ਬੱਸਾਂ ਛੱਡੀ ਜਾ ਰਹੇ ਔਰ ਇਮਰਾਨ ਖਾਨ ਵੀਡੀਓ ਛੱਡੀ ਜਾ ਰਹੇ। ਬਿਲਕੁਲ ਇਹ ਦੋਵੇਂ ਛੱਡੇ ਜਾ ਰਹੇ, ਮਹਿੰਗਾਈ ਉਧਰ ਨੂੰ ਜਾ ਰਹੀ ਛੱਡੀ ਜਾ ਰਹੇ ਨੇ। ਹਾਂਜੀ ਪੀ ਯਾਰ ਕੌਣ ਤੇਰੇ ਮੇਰੇ ਗੁਰਬਤ ਗਰੀਬ ਭਾਈ ਜੀ ਇਮਰਾਨ ਖਾਨ ਵੀਡੀਓ ਬਣਾਈ ਜਾ ਰਹੇ। ਹਾਂਜੀ ਉਹ ਵੀਡੀਓ ਬਣਾਈ ਜਾ ਰਿਹਾ। ਅਗਰ ਇਮਰਾਨ ਖਾਨ ਨੇ ਟਿਕਟੋਕ ਬੰਦ ਨਾ ਕੀਤੇ ਤੁਸੀਂ ਕੀ ਕਰੋਗੇ? ਫਿਰ ਆਪਣੇ ਆਪ ਨੂੰ ਮਾਰਾਂਗੇ, ਜਾਗਣਾ ਮਾਰਾਂਗੇ, ਐਨਜੀਓ ਹੁੰਦਾ ਔਰ ਆਪ ਨੂੰ ਮੰਨ ਲਓ ਤੇ ਆਪਣੇ ਰਕਸ਼ਨ ਨੂੰ ਅੱਗ ਲਾ ਲਓਗੇ ਤਾਂ ਯਾਰੀ ਗੱਲ ਫਿਰ ਹੋਰ ਕੀ ਹੈ। ਅਗਰ ਇਮਰਾਨ ਖਾਨ ਨੇ ਟਿਕਟੋਕ ਬੰਦ ਨਾ ਕੀਤੇ ਤੁਸੀਂ ਕੀ ਕਰੋਗੇ? ਅਸੀਂ ਆਪਣੇ ਆਪ ਨੂੰ ਬੱਚੇ ਲੈ ਕੇ ਨਾ ਸਜਾਏ ਚਲਾਂਗੇ, ਆਪਣੇ ਆਪ ਨੂੰ ਫੰਡਾ ਲੈ ਕੇ ਬਹਿ ਜਾਾਂਗੇ, ਠੀਕ ਹੈ ਨਾ? ਤੇ ਜਿਹੜੀ ਰੋਟੀ ਸਸਤੀ ਨਹੀਂ ਹੋ ਰਹੀ, ਮਹਿੰਗਾਈ ਉਹ ਤੁਹਾਨੂੰ ਹੋ ਰਹੀ ਹੈ, ਹਰ ਚੀਜ਼ ਮਹਿੰਗਾਈ ਉਹ ਤੁਹਾਨੂੰ ਜਾ ਰਹੀ ਹੈਗੀ, ਇਹ ਨਹੀਂ ਵੇਖ ਰਹੇ ਨੇ ਲੋਕ ਜਿਹੜੇ ਵਜ਼ੀਰੇ ਆਜ ਮਣੇ ਨੇ ਸਹੂਲਤ ਨਹੀਂ ਵੇਖ ਰਹੇ ਸਾਡੀ ਮਾੜੇ ਚੀਜ਼ ਦੀ, ਉਹ ਤੁਹਾਨੂੰ ਲੈ ਜਾ ਰਹੇ ਨੇ, ਇਹ ਨਹੀਂ ਵੇਖ ਰਹੇ ਨੇ ਰੁਪਇਆ ਰੁਪਇਆ ਕਮਾ ਕੇ ਲਿਆਉਂਦੇ ਨੇ ਤਾਂ ਆਟਾ ਨਹੀਂ ਲੱਭਦਾ ਸਾਨੂੰ ਅੱਗੋਂ। ਇਮਰਾਨ ਖਾਨ ਨੇ ਟਿਕਟੋਕ ਬੰਦ ਨਾ ਕੀਤੇ ਤੁਸੀਂ ਬੱਚਿਆਂ ਨੂੰ ਲਿਆ ਤਾਂ ਰੋਡ ਤੇ ਬਹਿ ਜਾਓ ਤੇ ਕਾਰੋਬਾਰ ਆਪਣਾ ਉਨੀ ਦੇਰ ਤੱਕ ਨਹੀਂ ਕਰੋ ਤੇ ਜਿੰਨੀ ਦੇਰ ਤੱਕ ਉਹ ਟਿਕਟੋਕ ਬੰਦ ਨਹੀਂ ਕਰੇ। ਹਾਂਜੀ ਫਿਰ ਇਹੀ ਗੱਲ ਹੈਗੀ, ਖਾਨ ਸਾਹਿਬ ਗਰੀਬੋ ਕੀ ਜ਼ਿੰਦਗੀ ਕਾ ਸਵਾਲ ਹੈ, ਟਿਕਟੋਕ ਆਪਣੀ ਬੰਦ ਕਰਦੇ।